ਵਿਆਹ ਨੂੰ ਹਲੇ 1 ਸਾਲ ਹੋਇਆ ਸੀ ਅਤੇ ਪਤਨੀ ਗਰਭਵਤੀ ਸੀ। 9 ਮਹੀਨੇ ਦੀ ਗਰਭਵਤੀ ਪਤਨੀ ਆਪਣੇ ਪਤੀ ਦੇ ਨਾਲ ਸੜਕ ਤੋਂ ਆ ਰਹੀ ਸੀ, ਪਰ ਇੱਕ ਅਜਿਹਾ ਸੜਕ ਹਾਦਸਾ ਹੋਇਆ ਜਿਸ ਦੇ ਵਿੱਚ ਬੱਚੇ ਸਮੇਤ ਹੀ ਇਹ ਪੂਰਾ ਟੱਬਰ ਖਤਮ ਹੋ ਗਿਆ। ਮੋਗਾ ਦੇ ਵਿੱਚ ਅੱਜ ਸਵੇਰੇ ਤੜਕਸਾਰ 11:30 ਵਜੇ ਜੀਰਾ ਰੋਡ 'ਤੇ ਇਹ ਦਰਦਨਾਕ ਹਾਦਸਾ ਵਾਪਰਿਆ। ਜੀਰਾ ਤੋਂ ਮੋਗਾ ਦੇ ਵੱਲ ਮੋਟਰਸਾਈਕਲ 'ਤੇ ਆ ਰਹੇ ਪਤੀ ਪਤਨੀ ਨੂੰ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਦੌਰਾਨ ਹੀ ਉਹਨਾਂ ਦੀ ਮੌਕੇ 'ਤੇ ਮੌਤ ਹੋ ਗਈ। ਇਹ ਸਾਰਾ ਹਾਦਸਾ ਇੰਨਾ ਭਿਆਨਕ ਸੀ ਜਿਸ ਦੇ ਵਿੱਚ ਔਰਤ ਦੇ ਉੱਪਰੋਂ ਟਾਇਰ ਲੰਘਿਆ ਤਾਂ ਪਤੀ ਦੇ ਉੱਤੋਂ ਵੀ ਟਰੱਕ ਦਾ ਦੂਜਾ ਟਾਇਰ ਲੰਘ ਗਿਆ। ਮ੍ਰਿਤਕਾਂ ਦੀ ਪਹਿਚਾਣ ਅਵਤਾਰ ਸਿੰਘ ਉਮਰ 30 ਸਾਲ ਅਤੇ ਉਸਦੀ ਪਤਨੀ ਸਰਬਜੀਤ ਕੌਰ 28 ਸਾਲ ਦੇ ਵਜੋਂ ਹੋਈ ਹੈ। ਮੋਗਾ ਦੇ ਪਿੰਡ ਭਿੰਡਰ ਕਲਾਂ ਦਾ ਰਹਿਣ ਵਾਲਾ ਇਹ ਸਾਰਾ ਪਰਿਵਾਰ, ਇੱਕ ਟਰੱਕ ਦੀ ਟੱਕਰ ਤੋਂ ਬਾਅਦ ਇਹ ਸਾਰਾ ਹੱਸਦਾ ਵਸਦਾ ਪਰਿਵਾਰ ਖਤਮ ਹੋ ਗਿਆ। ਵਿਆਹ ਦੀ ਹਲੇ ਵਰੇਗੰਢ ਨੂੰ 1 ਸਾਲ ਹੀ ਹੋਏ ਸੀ। ਬੀਤੇ ਦਿਨ ਇਸ ਗੱਲ ਦਾ ਜਸ਼ਨ ਅਤੇ ਆਉਣ ਵਾਲੇ ਬੱਚੇ ਦੀ ਖੁਸ਼ੀਆਂ ਦੇ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਸਨ, ਪਰ ਉਹ ਬੱਚਾ ਇਸ ਦੁਨੀਆ ਨੂੰ ਦੇਖਣ ਤੋਂ ਪਹਿਲਾਂ ਹੀ ਮੁੱਕ ਗਿਆ। ਇਹਨਾਂ ਨੂੰ ਇਲਾਜ ਦੇ ਲਈ ਮੋਗਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਸੀ। ਡਾਕਟਰਾਂ ਦੇ ਵੱਲੋਂ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦੱਸ ਦਈਏ ਕਿ ਸ਼ਨੀਵਾਰ 30 ਅਪ੍ਰੈਲ ਨੂੰ ਹੀ ਵਿਆਹ ਦੀ ਪਹਿਲੀ 1 ਵਰੇਗੰਢ ਮਨਾ ਕੇ ਹਟਿਆ ਸੀ ਜੋੜਾ। ਔਰਤ 9 ਮਹੀਨੇ ਦੀ ਗਰਭਵਤੀ ਸੀ। ਮ੍ਰਿਤਕਾਂ ਦੇ ਵਾਰਸਾਂ ਨੇ ਦੋਸ਼ ਲਗਾਇਆ ਕਿ ਕਿਸਾਨਾਂ ਨੇ ਜ਼ੀਰਾ ਰੋਡ 'ਤੇ ਖੇਤ ਦੇ ਵਿੱਚ ਕਣਕ ਦੇ ਨਾੜ ਨੂੰ ਅੱਗ ਲਗਾਈ ਹੋਈ ਸੀ। ਧੂੰਏ ਦੇ ਕਾਰਨ ਮੋਟਰਸਾਈਕਲ ਸੜਕ ਹਾਦਸੇ ਦਾ ਸ਼ਿਕਾਰ ਹੋਇਆ। ਇਹ ਚਲਦੇ ਹੀ ਉਹਨਾਂ ਦਾ ਪੂਰਾ ਪਰਿਵਾਰ ਖਤਮ ਹੋਇਆ। ਅਜਿਹਾ ਹੀ ਇੱਕ ਹਾਦਸਾ ਲੁਧਿਆਣਾ ਜ਼ਿਲ੍ਹੇ ਦੇ ਲਾਡੋਵਾਲ ਹਾਰਡਿਸ ਵਰਲਡ ਨੇੜੇ ਸ਼ਨੀਵਾਰ ਨੂੰ ਵੀ ਵਾਪਰਿਆ ਸੀ, ਜਿੱਥੇ ਕਿ ਪਤੀ ਪਤਨੀ ਦੇ ਨਾਲ ਦਰਦਨਾਕ ਹਾਦਸਾ ਹੋਇਆ। ਟੱਕਰ ਹੁੰਦੇ ਹੀ ਔਰਤ ਟਰੱਕ ਦੇ ਹੇਠਾਂ ਆ ਗਈ ਅਤੇ ਟਰੱਕ ਦੇ ਪਿਛਲੇ 2 ਟਾਇਰ ਉਸਦੇ ਉੱਪਰ ਚੜ੍ਹ ਗਏ। ਮ੍ਰਿਤਕਾਂ ਦੀ ਪਛਾਣ ਸਤਨਾਮ ਕੌਰ ਪਿੰਡ ਛੋਲੇ ਪਤੀ ਵਜੋਂ ਹੋਈ ਸੀ। ਇਸ ਦੇ ਨਾਲ ਹੀ ਜ਼ਖਮੀਆਂ ਦੇ ਵਿੱਚ ਮ੍ਰਿਤਕਾਂ ਦਾ ਪਤੀ ਗੱਜਣ ਸਿੰਘ ਸੀ ਅਤੇ ਉਸਦਾ ਵੀ ਲੜਕਾ ਸ਼ਾਮਿਲ ਸੀ। ਲਗਾਤਾਰ ਹੋ ਰਹੇ ਅਜਿਹੇ ਹਾਦਸਿਆਂ ਦੇ ਵਿੱਚ ਪਰਿਵਾਰਾਂ ਦੇ ਪਰਿਵਾਰ ਨੇ, ਪਰ ਅੱਜ ਇਹ ਹਾਦਸਾ ਹੋਇਆ ਬਹੁਤ ਹੀ ਜ਼ਿਆਦਾ ਮੰਦਭਾਗਾ ਅਤੇ ਦਰਦਨਾਕ ਸੀ, ਜਿੱਥੇ ਸਵੇਰੇ 11:30 ਵਜੇ ਦਿਨ ਦਿਹਾੜੇ ਹੀ ਜੀਰਾ ਰੋਡ 'ਤੇ ਇਹ ਹਾਦਸਾ ਵਾਪਰਿਆ। ਮੋਟਰਸਾਈਕਲ 'ਤੇ ਆ ਰਹੇ ਪਤੀ ਪਤਨੀ ਅਤੇ ਗਰਭ ਦੇ ਵਿੱਚ ਇਸ ਔਰਤ ਦਾ ਮਾਸੂਮ ਤਿੰਨੋਂ ਹੀ ਮੌਕੇ 'ਤੇ ਖਤਮ ਹੋ ਗਏ। ਇਹਨਾਂ ਦੀ ਉਮਰ 30 ਅਤੇ 28 ਸਾਲ ਦੀ ਸੀ। ਪਤੀ ਦਾ ਨਾਮ ਅਵਤਾਰ ਸਿੰਘ ਅਤੇ ਪਤਨੀ ਦਾ ਨਾਮ ਸਰਬਜੀਤ ਕੌਰ ਹੈ। ਦੱਸ ਦਈਏ ਕਿ ਮੋਗਾ ਦੇ ਪਿੰਡ ਭਿੰਡਰ ਕਲਾਂ ਦੇ ਰਹਿਣ ਵਾਲਾ ਸੀ ਇਹ ਸਾਰਾ ਪਰਿਵਾਰ। ਟਰੱਕ ਦੀ ਟੱਕਰ ਤੋਂ ਬਾਅਦ ਇਹ ਸਾਰਾ ਪਰਿਵਾਰ ਖਤਮ ਹੋ ਗਿਆ। ਖੁਸ਼ੀਆਂ ਦਾ ਮਾਹੌਲ ਗਮ ਦੇ ਵਿੱਚ ਬਦਲ ਗਿਆ ਅਤੇ ਆਉਣ ਵਾਲਾ ਬੱਚਾ ਇਸ ਦੁਨੀਆ ਨੂੰ ਦੇਖਣ ਤੋਂ ਪਹਿਲਾਂ ਹੀ ਖਤਮ ਹੋ ਗਿਆ। ਕੱਲ 30 ਨੂੰ ਮਤਲਬ ਵਿਆਹ ਹੋਇਆ, ਸਾਲ ਹੋ ਗਿਆ ਘਰ ਨੂੰ, ਉਹਨਾਂ ਨੂੰ ਜਾਣਾ ਮਿਲਿਆ ਮੈਂ ਅਤੇ ਹੁਣ ਦਵਾਈ ਤੋਂ ਹੁੰਦਾ ਜੀ ਜੀਰੇ ਤੋਂ ਮੌਕੇ ਨੂੰ ਅਤੇ ਦਵਾਈ ਚੱਲਦੀ ਸੀ ਅਤੇ ਜੀਰਾ ਰੋਡ 'ਤੇ ਘੱਲਾਂ ਵਾਲੀ ਨਸ ਕੋਲ ਉਹ ਕਿਤੇ ਚੈੱਕਅਪ ਕਰਾਓ ਜੇ ਅਗਰ ਬੱਚੇ ਮਤਲਬ ਟਾਈਮ ਹੋ ਪੂਰਾ ਯਾਰ ਬੱਚਾ ਆਉਣਾ ਉਹਦੀ ਦੁਕਾਨ ਚੈੱਕਅਪ ਕਰਾਉਣਾ। ਕਿੰਨੀ ਦੇਰ ਹੋ ਗਈ ਸੀ ਮੈਰਿਜ ਹੋਈ? 1 ਸਾਲ ਪੂਰਾ, 30 ਨੂੰ ਸਾਲ ਕੱਲ੍ਹ। ਅਤੇ ਹੁਣ ਇਹ ਕਿੱਦਾਂ ਐਕਸੀਡੈਂਟ ਕੋਈ ਪਤਾ ਲੱਗਿਆ ਤੁਹਾਨੂੰ ਕਿੱਦਾਂ ਹੋਇਆ? ਇਹ ਤਾਂ ਮੈਨੂੰ ਫੋਨ ਗਿਆ ਜੀ, ਫੋਨ ਗਿਆ ਮੈਨੂੰ ਕਹਿੰਦੇ ਐਂ ਕਰਕੇ ਵੀ ਸਰਦੇ ਤੈਨੂੰ ਨਾਗੀ ਬੋਲਦਾ, ਮੈਂ ਨਾਗੀ ਬੋਲਦਾ ਤਾਂ ਲੜਕਾ ਹੁੰਦਾ ਜੀ, ਐਂ ਕਰਕੇ ਨੌਂ ਦੇ ਅੱਗੇ ਲਵਾਂ ਜਿੰਨੀ ਜਲਦੀ ਕਦੇ ਆ ਸਕਦੇ ਆ। ਉਸ ਟਾਈਮ ਹੀ ਚਲੇ ਗਏ, ਸਾਡੇ ਜਾਣ ਤੋਂ ਪਹਿਲਾਂ ਗੱਡੀ ਲੈ ਚੱਕ ਕੇ ਅੰਮ੍ਰਿਤਸਰ ਚੱਕਦੇ ਆ। ਮੌਕੇ 'ਤੇ ਨਹੀਂ ਗਏ? ਮੌਕੇ 'ਤੇ ਹੋਰ ਬੰਦੇ ਸੀ ਸਾਡੇ, ਉਹ ਗਏ ਮੈਂ ਤੁਹਾਨੂੰ ਪੁੱਛਿਆ। ਦੇਖੋ ਜੀ, ਇੱਕ ਮੋਟਰਸਾਈਕਲ 'ਤੇ ਜਾ ਰਹੇ ਸੀਗੇ ਕਪਲ, ਪਿੱਛੇ ਜਿਹੜੀ ਲੇਡੀ ਬੈਠੀ ਸੀਗੀ ਉਹ ਪ੍ਰੈਗਨੈਂਟ ਸੀਗੀ, 9th ਮੰਥ ਸੀਗਾ ਉਹਦੀ ਡਿਲੀਵਰੀ ਹੋਣ ਵਾਲੀ ਸੀ 1-2 ਦਿਨਾਂ ਦੇ ਵਿੱਚ ਹੀ, ਔਰ ਉਹ ਇੱਥੋਂ ਮੋਗਾ ਹੀ ਜਿਹੜਾ ਚੈੱਕਅਪ ਕਰਾਉਣ ਲਈ ਇਹ 'ਚ ਕਰਾ ਕੇ ਜਿਹੜਾ ਵਾਪਸ ਜਾ ਰਹੇ ਸੀ। ਸੋ ਭਿੰਡਰ ਕਲਾਂ ਦਾ ਇਹ ਕਪਲ ਸੀਗਾ ਅਤੇ ਮਨਾਵਾਂ ਪਿੰਡ ਕੋਲ ਜਿਹੜਾ ਇੱਕ ਖੇਤਾਂ ਨੂੰ ਅੱਗ ਲੱਗੀ ਹੋਈ ਸੀ, ਉੱਥੇ ਧੂੰਏ ਦੀ ਵਜ੍ਹਾ ਕਰਕੇ ਜਿਹੜਾ ਟਰਾਲੇ ਦਾ ਅਤੇ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ, ਜਿਹਦੇ ਵਿੱਚ ਇਹ ਕਪਲ ਹੈ ਜਿਹੜਾ ਦੋਨਾਂ ਦੀ ਡੈਥ ਹੋ ਗਈ, ਔਰ ਜਿਹੜਾ ਬੱਚਾ ਗਰਭਵਤੀ ਮਾਂ ਦੇ ਪੇਟ ਦੇ ਵਿੱਚ ਸੀ ਉਹਦੀ ਵੀ ਮੌਤ ਹੋ ਗਈ। ਹੈਗਾ ਲੜਕੀ ਸਰਬਜੀਤ ਕੌਰ ਅਤੇ ਉਹਦਾ ਹਸਬੈਂਡ ਜਿਹੜਾ ਹੈਗਾ ਆ ਅਵਤਾਰ ਸਿੰਘ, ਇਹ ਜੀਰੇ ਤੋਂ ਆ ਰਿਹਾ ਸੀਗੇ। ਜਦ ਇਹ ਕੁਸਾ ਜਲਾਲ ਵਾਲੇ ਮੋੜ ਦੇ ਕੋਲ ਪਹੁੰਚੇ ਅਤੇ ਇੱਧਰੋਂ ਇੱਕ ਕੰਟੇਨਰ ਜਾ ਰਿਹਾ ਸੀਗਾ, ਜੇ ਇੱਕ ਖੇਤ ਨੂੰ ਅਚਾਨਕ ਅੱਗ ਲੱਗੀ ਹੋਈ ਸੀਗੀ ਕੁਦਰਤੀ ਹੋ ਸਕਦਾ ਜਾਂ ਕਿਸੇ ਵੀ ਲਾਈ ਹੋ ਸਕਦੀ, ਉਹ ਧੂੰਆਂ ਪੈਣ ਕਰਕੇ ਉਹਨਾਂ ਦਾ ਆਪਸ ਵਿੱਚ ਐਕਸੀਡੈਂਟ ਹੋ ਗਿਆ। ਇਹਦੇ ਨਾਲ ਜਿਹੜਾ ਹੈਗਾ ਲੜਕਾ ਮੌਕੇ 'ਤੇ ਡੈਥ ਹੋ ਗਈ। ਲੜਕੀ ਦੇ ਵਿੱਚ ਕੋਈ ਕੋਈ ਸਾਹ ਆਉਂਦਾ ਸੀ, ਉਹਨੂੰ ਸਿਵਲ ਹਸਪਤਾਲ ਪਾਇਆ, ਪਰ ਪਤਾ ਲੱਗਿਆ ਵੀ ਉਹਦੀ ਜਿਹੜੀ ਡੈਥ ਹੋ ਗਈ ਹੈ। ਪਰ ਲੜਕੀ 1 ਸਾਲ ਹੋ ਗਿਆ ਸੀ ਉਹਨਾਂ ਦਾ ਵਿਆਹ ਨੂੰ, ਪ੍ਰੈਗਨੈਂਟ ਸੀ। ਕੱਲ੍ਹ 30 ਨੂੰ ਮਤਲਬ ਵਿਆਹ ਹੋਇਆ, ਸਾਲ ਹੋ ਗਿਆ ਘਰ ਨੂੰ, ਉਹਨਾਂ ਨੂੰ ਜਾਣਾ ਮਿਲਿਆ ਮੈਂ
ਫਿਰ ਉਹਨਾਂ ਨੂੰ ਦਵਾਈ ਦਿਵਾਉਣ ਦਾ ਜੀ ਜੀਰੇ ਤੋਂ ਮੌਕੇ ਨੂੰ ਅਤੇ ਦਵਾਈ ਚੱਲ ਰਹੀ ਸੀ ਅਤੇ ਜੀਰਾ ਰੋਡ 'ਤੇ ਕਲਾਣੀ ਨਾਸ ਕੋਲ ਉਹ ਕਹਿੰਦੇ ਚੈੱਕਅਪ ਕਰਾਓ ਜੇ ਉਹ ਬੱਚੇ ਮਤਲਬ ਟਾਈਮ ਹੋ ਪੂਰਾ ਯਾਰ ਬੱਚਾ ਹੋਣਾ ਉਹਦੀ ਦੁਕਾਨ ਚੈੱਕਅਪ ਕਰਾਉਣਾ ਕਿੰਨੇ ਦੇਰ ਹੋ ਗਈ ਸੀ ਮੈਰਿਜ ਇੱਕ ਸਾਲ ਪੂਰਾ 33 ਸਾਲ ਕੱਲ੍ਹ ਅਤੇ ਹੁਣ ਇਹ ਕਿੱਦਾਂ ਐਕਸੀਡੈਂਟ ਕੋਈ ਪਤਾ ਲੱਗਿਆ ਤੁਹਾਨੂੰ ਕਿੱਦਾਂ ਹੋਇਆ ਕਹਿੰਦਾ ਮੈਨੂੰ ਫੋਨ ਗਿਆ ਮੈਨੂੰ ਕਹਿੰਦੇ ਐਂ ਕਰਕੇ ਵੀ ਸੰਦੇਸ਼ ਤੈਨੂੰ ਲਾਗੀ ਬੋਲਦਾ ਮੈਂ ਲਾਗੀ ਬੋਲਦਾ ਤਾਂ ਲੜਕਾ ਹੋਰ ਐਂ ਕਰਕੇ ਮੈਂ ਉਹਦੇ ਫੇਰ ਲਗਾ ਜਿੰਨੀ ਜਲਦੀ ਕਦੇ ਆ ਸਕਦੇ ਆ ਉਸੇ ਟਾਈਮ ਹੀ ਚਲੇ ਗਏ ਸਾਡੇ ਜਾਣ ਤੋਂ ਪਹਿਲਾਂ ਗੱਡੀ ਲੈ ਚੱਕ ਕੇ ਅੰਮ੍ਰਿਤ ਚੱਕ ਲਈ ਮੌਕੇ 'ਤੇ ਨਹੀਂ ਗਏ ਮੌਕੇ 'ਤੇ ਹੋਰ ਬੰਦੇ ਸੀ ਸਾਡੇ ਉਹ ਗਏ ਮੇਰੇ ਵੀ ਤੁਹਾਨੂੰ ਚੱਲੇ ਘਰਦਿਆਂ ਦੇ ਕੋਲ ਜਦੋਂ ਇਹ ਦੁਖਦਾਈ ਖਬਰ ਪਹੁੰਚੀ ਹੋਣੀ ਹੈ ਤਾਂ ਉੱਥੇ ਦਾ ਮਾਹੌਲ ਕਿੰਨਾ ਦੁੱਖ ਭਰਿਆ ਬਣ ਗਿਆ ਹੋਣਾ ਤੁਸੀਂ ਖੁਦ ਸੋਚ ਸਕਦੇ ਹੋ। ਇੱਕ ਉਹ ਔਰਤ ਜਿਹੜੀ ਕਿ ਇਸ ਦੁਨੀਆ ਦੇ ਵਿੱਚ ਆਪਣੇ ਬੱਚੇ ਨੂੰ ਲਿਆਉਣ ਦਾ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਹੀ ਸੀ। 9 ਮਹੀਨੇ ਇਹ ਸੋਚ ਸੋਚ ਕੇ ਪੂਰੇ ਟੱਬਰ ਰਿਸ਼ਤੇਦਾਰਾਂ ਨੇ ਕੱਢੇ ਹੋਣੇ ਨੇ ਕਿ ਘਰ ਦੇ ਵਿੱਚ ਇੱਕ ਨਵਾਂ ਜੀ ਆਵੇਗਾ। ਦੋਵੇਂ ਪਤੀ ਪਤਨੀ ਜੋੜਾ 30 ਅਪ੍ਰੈਲ ਨੂੰ ਹੀ ਆਪਣੀ ਪਹਿਲੇ ਸਾਲ ਦੀ ਪਹਿਲੀ ਵਰੇਗੰਢ ਮਨਾ ਕੇ ਹਟੇ ਸੀ ਅਤੇ ਉਸ ਤੋਂ ਬਾਅਦ ਅੱਜ 9 ਮਹੀਨੇ ਪੂਰੇ ਹੋਣ ਤੋਂ ਬਾਅਦ ਔਰਤ ਨੂੰ ਡਾਕਟਰ ਦੇ ਕੋਲ ਲੈ ਕੇ ਪਤੀ ਗਿਆ ਹੋਇਆ ਸੀ। ਆਉਣ ਵਾਲੇ ਬੱਚੇ ਦੀ ਖੁਸ਼ੀ ਅਤੇ ਚਾਹ ਦੇ ਵਿੱਚ ਉਹ ਘਰ ਮੁੜਦੇ ਹੋਣਗੇ, ਪਰ ਰਸਤੇ ਦੇ ਵਿੱਚ ਇਹ ਭਾਣਾ ਵਾਪਰਨਾ ਹੈ ਕਿਸੇ ਨੂੰ ਪਤਾ ਤੱਕ ਨਹੀਂ ਹੋਣਾ। 30 ਸਾਲ ਦਾ ਪਤੀ ਅਤੇ 28 ਸਾਲ ਦੀ ਪਤਨੀ ਆਪਣੇ ਬੱਚੇ ਨੂੰ ਲੈ ਕੇ ਖੁਸ਼ੀਆਂ ਭਰੀਆਂ ਜ਼ਿੰਦਗੀਆਂ ਸੋਚ ਰਹੇ ਸੀ। ਬੀਤੇ ਦਿਨ ਹੀ ਉਹਨਾਂ ਦੀ ਸਾਲਗਿਰਾ ਵੀ ਸੀ ਅਤੇ ਅੱਜ ਉਹ ਜਦੋਂ ਡਾਕਟਰ ਨੂੰ ਚੈੱਕਅਪ ਕਰਵਾਉਣ ਤੋਂ ਬਾਅਦ ਘਰ ਪਰਤ ਰਹੇ ਸੀ ਤਾਂ ਅਜਿਹਾ ਦਰਦਨਾਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਮੌਕੇ 'ਤੇ ਹੀ ਸੜਕ 'ਤੇ ਤੜਫ ਤੜਫ ਕੇ ਸਾਰਾ ਟੱਬਰ ਖਤਮ ਹੋ ਗਿਆ। ਪਤੀ ਦੇ ਉੱਪਰੋਂ ਵੀ ਟਰੱਕ ਲੰਘਣ ਦੀ ਖਬਰ ਅਤੇ ਪਤਨੀ ਦੀ ਦਰਦਨਾਕ ਮੌਤ ਹੋਣ ਦੀ ਖਬਰ ਜਦੋਂ ਪਿੰਡ ਵਾਲਿਆਂ ਦੇ ਕੋਲ ਪਹੁੰਚੀ ਤਾਂ ਉੱਥੇ ਵੀ ਰੋਸ ਦੀ ਲਹਿਰ ਫੈਲ ਗਈ। ਰਿਸ਼ਤੇਦਾਰ ਅਤੇ ਟੱਬਰ ਵਾਲਿਆਂ ਨੂੰ ਫੋਨ ਕਰਨ ਵਾਲੇ ਇੱਕ ਮੁੰਡੇ ਦੇ ਵੱਲੋਂ ਦੱਸਿਆ ਗਿਆ ਸੀ ਕਿ ਛੇਤੀ ਤੋਂ ਛੇਤੀ ਇੱਥੇ ਪਹੁੰਚੋ ਕਿਉਂਕਿ ਉਹਨਾਂ ਦੇ ਪੁੱਤ ਅਤੇ ਨੂੰਹ ਦਾ ਇੱਕ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਨੇ। ਇਹ ਸਾਰਾ ਮਾਮਲਾ ਰੋਡ 'ਤੇ ਵਾਪਰਿਆ। ਸਵੇਰੇ 11:30 ਦਾ ਉਹ ਸਮਾਂ ਜਦੋਂ ਘਰ ਦੇ ਵਿੱਚ ਵਾਪਸ ਪਰਤ ਰਿਹਾ ਇਹ ਪਰਿਵਾਰ, ਪਰ ਰਸਤੇ ਦੇ ਵਿੱਚ ਇਹ ਦਰਦਨਾਕ ਹਾਦਸਾ ਵਾਪਰਿਆ। ਇਸ ਮੋਟਰਸਾਈਕਲ ਦੀ ਹਾਲਤ ਦੇਖ ਕੇ ਵੀ ਉਸ ਹਾਦਸੇ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨੇ ਭਿਆਨਕ ਤਰੀਕੇ ਦੇ ਨਾਲ ਟਰੱਕ ਦੇ ਵਿੱਚ ਟੱਕਰ ਹੋਈ ਹੋਣੀ ਹੈ। ਪਰ ਜਿਸ ਰਾਤ ਤੋਂ ਇਹ ਪਰਿਵਾਰ ਲੰਘ ਰਿਹਾ ਸੀ ਮੋਟਰਸਾਈਕਲ ਲੈ ਕੇ, ਦੱਸਦੀ ਕਿ ਉੱਥੇ ਨੇੜੇ ਹੀ ਖੇਤ ਵੀ ਸੀ ਅਤੇ ਖੇਤਾਂ ਦੇ ਵਿੱਚ ਨਾੜ ਨੂੰ ਅੱਗ ਲਗਾਈ ਹੋਈ ਸੀ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਉੱਥੋਂ ਉੱਠ ਰਹੇ ਧੂੰਏ ਦੇ ਕਾਰਨ ਇਹ ਹਾਦਸਾ ਵਾਪਰਿਆ ਕਿਉਂਕਿ ਰਫ਼ਤਾਰ ਤੇਜ਼ ਹੋਣ ਤੋਂ ਬਾਅਦ ਉਸ ਮੋਟਰਸਾਈਕਲ ਨੂੰ ਸੰਭਾਲਿਆ ਨਹੀਂ ਜਾ ਸਕਿਆ, ਜਿਸ ਤੋਂ ਬਾਅਦ ਮੌਕੇ 'ਤੇ ਹੀ ਸਾਰਾ ਪਰਿਵਾਰ ਖਤਮ ਹੋ ਗਿਆ।